ਕਹਿੰਦੇ ਕਿਸੇ ਦੀ ਰੋਜੀ ਰੋਟੀ ਤੇ ਲੱਤ ਮਾਰਨੀ ਹਾਂਜੀ ਇਹ ਇੱਕ ਪਾਪ ਆ। ਹਾਂਜੀ ਹੁਣ ਇੱਕ ਬੰਦਾ ਆਪਣੀ ਰੋਜੀ ਰੋਟੀ ਚਲਾ ਰਿਹਾ ਵਾ, ਜਿਸ ਤਰ੍ਹਾਂ ਉਹ ਪਖੰਡ ਕਰ ਰਿਹਾ, ਲੋਕਾਂ ਕੋਲ ਪੈਸੇ ਲੈ ਰਿਹਾ ਵਾ, ਲੋਕਾਂ ਨੂੰ ਦੁੱਧ ਪੁੱਤ ਦੀ ਦਾਤ ਦੇਣ ਦਾ ਦਾਅਵਾ ਕਰ ਰਿਹਾ। ਹਾਂਜੀ ਅਤੇ ਜਦੋਂ ਉਹ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਜਾਂ ਤੁਹਾਡੇ ਨਾਲ ਕੋਈ ਉਹਨਾਂ ਦੇ ਸਰਦਾਰੂ ਆ ਜਾਂਦੇ ਆ, ਹਾਂਜੀ ਉਹ ਬਿਲਕੁਲ ਚੇਂਜ ਹੋ ਜਾਂਦੇ ਆ। ਹਾਂਜੀ ਫਿਰ ਉਹਨਾਂ ਨੂੰ ਬਹੁਤ ਗੁੱਸਾ ਚੜ੍ਹਦਾ ਤੁਹਾਡੇ 'ਤੇ, ਬਿਲਕੁਲ ਚੜ੍ਹਦਾ, ਅਤੇ ਫਿਰ ਉਹ ਵੀ ਕਹਿੰਦੇ ਵੀ ਸਾਡੀ ਰੋਜੀ ਰੋਟੀ 'ਤੇ ਲੱਤ ਮਾਰ ਰਹੇ ਆ। ਹਾਂਜੀ ਇਹਦੇ ਬਾਰੇ ਤੁਸੀਂ ਕਹੋਗੇ, ਤੁਸੀਂ ਵਾਕਿਆ ਉਹਦੀ ਰੋਜੀ ਰੋਟੀ 'ਤੇ ਲੱਤ ਮਾਰ ਰਹੇ ਜਾਂ? ਫਿਰ ਤਾਂ ਇਸ ਹਿਸਾਬ ਨਾਲ ਗੁਰੂ ਸਾਹਿਬ ਤੋਂ ਜਦੋਂ ਆਪਾਂ ਵੇਖਦੇ ਹਾਂ, ਗੁਰੂ ਸਾਹਿਬ ਨੇ ਜਿਵੇਂ ਪਖੰਡਵਾਦ ਤੋਂ ਲੋਕਾਂ ਨੂੰ ਰੋਕਿਆ, ਫਿਰ ਤਾਂ ਬੜਿਆਂ ਲੋਕਾਂ ਦੀ ਰੋਜੀ ਰੋਟੀ ਬੰਦ ਹੋਈ ਹੋਏਗੀ। ਫਿਰ ਤਾਂ ਜੇ ਆਪਾਂ ਇਸ ਹਿਸਾਬ ਨਾਲ ਵੇਖੀਏ, ਹਾਂਜੀ ਇਹ ਤਾਂ ਬੜਿਆਂ ਲੋਕਾਂ ਦੀ ਰੋਜੀ ਰੋਟੀ ਬੰਦ ਹੋਈ ਹੋਏਗੀ। ਫਿਰ ਤਾਂ ਗੁਰੂ ਸਾਹਿਬ ਗੱਲ ਸਮਝਣ ਦੀ ਲੋੜ ਸੀ ਕਿ ਇੱਕ ਹੁੰਦੀ ਤੁਸੀਂ ਆਪਣੀ ਸਹੀ ਕਿਰਤ ਕਰ ਦਿਓ, ਤੁਸੀਂ ਸਹੀ ਕਿਰਤ ਕਰ ਰਹੇ ਬੰਦੇ ਦੇ ਜਾ ਕੇ ਵਿਘਨ ਪਾਓ ਦੇ ਕਾਰੋਬਾਰ 'ਚ, ਵਾਕਿਆ ਤੁਸੀਂ ਉਹਦੇ ਨਾਲ ਤੁਸੀਂ ਧੱਕਾ ਕਰ ਰਹੇ ਜੀ। ਇੱਕ ਬੰਦਾ ਟਰੈਕ ਗਲਤ 'ਤੇ ਚੜਿਆ। ਹਾਂਜੀ ਹੁਣ ਮਲਕ ਭਾਗਵਤ ਦੇ ਘਰ ਗੁਰੂ ਸਾਹਿਬ ਜਾਂਦੇ ਨਹੀਂ, ਹੁਣ ਆਉਂਦੇ ਵੀ ਤੇਰੀ ਤਾਂ ਰੋਟੀ ਦੇ ਵਿੱਚ ਦੂਜਿਆਂ ਦਾ ਖੂਨ ਵਾ, ਇਹਦਾ ਮਤਲਬ ਗੁਰੂ ਸਾਹਿਬ ਉਹਦੀ ਰੋਜੀ ਰੋਟੀ 'ਚ ਲੱਤ ਮਾਰ ਰਿਹਾ ਵੀ ਮੈਂ ਤੈਨੂੰ ਤੇਰੀ ਰੋਜੀ ਰੋਟੀ ਮੈਨੂੰ ਪਸੰਦ ਹੀ ਨਹੀਂ। ਗੁਰੂ ਸਾਹਿਬ ਕਹਿ ਰਹੇ ਗੁਰੂ ਸਾਹਿਬ ਕਹਿੰਦੇ ਮੈਨੂੰ ਤੇਰੀ ਤਾਂ ਰੋਜੀ ਪਸੰਦ, ਤੇਰੀ ਰੋਟੀ ਨਹੀਂ ਪਸੰਦ ਮੈਨੂੰ, ਕਿਉਂ? ਕਿਉਂਕਿ ਤੇਰੀ ਰੋਟੀ ਵਿੱਚ ਦੂਜਿਆਂ ਦਾ ਖੂਨ ਵਾ। ਭਾਈ ਲਾਲੋ ਦੇ ਘਰ ਜਾ ਰਹੇ ਆ ਕਿਉਂਕਿ ਭਾਈ ਲਾਲੋ ਦੀ ਕਮਾਈ ਜਿਹੜੀ ਆ ਉਹ ਨੇਕ ਵਾ। ਇਹਦਾ ਮਤਲਬ ਗੁਰੂ ਸਾਹਿਬ ਇੱਕ ਬੰਦੇ ਦੀ ਰੋਜੀ ਰੋਟੀ ਨੂੰ ਪਸੰਦ ਕਰ ਰਿਹਾ, ਇੱਕ ਬੰਦੇ ਦੀ ਰੋਜੀ ਰੋਟੀ ਨੂੰ ਪਸੰਦ ਨਹੀਂ ਕਰ ਰਿਹਾ। ਉੱਥੇ ਵੇਖਣਾ ਪੈਣਾ ਵੀ ਉਹਦੀ ਰੋਟੀ ਕਦ ਕਿੱਥੋਂ ਆਈ ਆ। ਹਾਂਜੀ ਉਹਦੀ ਰੋਟੀ ਆਪਣੀ ਦਸਾਨਵਾਂ ਦੀ ਕਿਰਤ ਕਮਾਈ ਆ, ਉਹਦੀ ਰੋਟੀ ਵਿੱਚ ਦੂਜਿਆਂ ਦਾ ਬਲੱਡ ਵਾ, ਖੂਨ ਵਾ, ਧੋਖਾ ਕੀਤਾ ਵਾ, ਬੇਈਮਾਨੀ ਕੀਤੀ ਆ। ਇਹ ਤੁਹਾਨੂੰ ਵੇਖਣਾ ਪੈਣਾ ਵੀ ਕਿਹੜਾ ਬੰਦਾ ਕਿੱਦਾਂ ਪਾਲ ਰਿਹਾ, ਕਮਾਈ ਕਿੱਦਾਂ ਕਰ ਰਿਹਾ। ਹਾਂਜੀ ਹਾਂਜੀ ਕਿੱਦਾਂ ਨੁਕਸਾਨ ਤਾਂ ਨਹੀਂ ਕਰ ਰਿਹਾ। ਹਾਂਜੀ ਹਾਂਜੀ ਹੁਣ ਇੱਦਾਂ ਤਾਂ ਆਪਾਂ ਜਦੋਂ ਗੁਰੂ ਸਾਹਿਬ ਦਾ ਇਤਿਹਾਸ ਪੜ੍ਹ ਕੇ ਵੇਖੋ, ਜਿਹੜੇ ਲੋਕ ਲੁੱਟ ਕਸੁੱਟ ਬੇਈਮਾਨੀਆਂ ਕਰ ਰਹੇ ਸੀ, ਹੁਣੇ ਆਪਾਂ ਪੜ੍ਹ ਕੇ ਬੈਠੇ ਵੀ ਹੱਕ ਪਰਾਇਆ ਨਾਨਕਾ। ਹਾਂਜੀ ਹਾਂਜੀ ਜਦੋਂ ਗੁਰੂ ਸਾਹਿਬ ਪਰਾਏ ਹੱਕ ਦੀ ਗੱਲ ਕਰ ਰਹੇ ਆ, ਤੇ ਪਖੰਡਵਾਦ ਕਰਮ ਕਾਂਡ ਇਹ ਵੀ ਇੱਕ ਕ੍ਰਾਈਮ ਆ। ਹਾਂਜੀ ਸਮਾਜ ਨੂੰ ਗਲਤ ਰਸਤੇ ਪਾ ਕੇ ਆਪਣੀ ਰੋਜੀ ਰੋਟੀ ਚਲਾਉਣੀ, ਇਹ ਵੀ ਇੱਕ ਕ੍ਰਾਈਮ ਆ। ਹਾਂਜੀ ਹੁਣ ਅਸੀਂ ਸਟੇਜਾਂ 'ਤੇ ਗੱਲਾਂ ਬੋਲਦੇ ਸੀ, ਕਹਿੰਦੇ ਭਾਈ ਤੁਸੀਂ ਕਿਸੇ 'ਤੇ ਵਿਸ਼ਵਾਸ ਨਾ ਕਰੋ, ਤੁਸੀਂ ਮੰਨਣਾ ਨਹੀਂ ਵੀਰ ਜੀ। ਅਸੀਂ ਪੰਜਾਬ ਦੇ ਪਿੰਡਾਂ ਜਦੋਂ ਸਾਡੇ ਕੈਂਪ ਲੱਗਦੇ ਆ, ਅਸੀਂ ਉੱਥੇ ਕਹਿੰਦੇ ਹਾਂ ਵੀ ਤੁਸੀਂ ਆਪ ਗੁਰਬਾਣੀ ਪੜ੍ਹੋ, ਤੁਹਾਨੂੰ ਦੂਜੇ ਪਿੰਡ 'ਚੋਂ ਪ੍ਰਚਾਰਕ ਬੁਲਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਤੁਹਾਡੇ ਬੱਚੇ ਇਹਦਾ ਫਾਇਦਾ ਹੋਇਆ, ਬੱਚੇ ਹੁਣ ਖੁਦ ਅਰਦਾਸਾਂ ਕਰਦੇ ਆ, ਬੱਚੇ ਹੁਣ ਆਪ ਗੁਰਬਾਣੀ ਪੜ੍ਹਦੇ ਆ। ਜਦੋਂ ਅਸੀਂ ਕਿਸੇ ਪਿੰਡਾਂ ਜਾਂਦੇ ਹਾਂ, ਵੈਰੋਕੇ ਪਿੰਡ ਸਮਾਗਮ ਸਾਡਾ ਪਿਛਲੇ 2-3 ਮਹੀਨੇ ਪਹਿਲਾਂ ਲੱਗਾ, ਉਸੇ ਪਿੰਡ ਦੇ ਬੱਚਿਆਂ ਨੇ ਕੀਰਤਨ ਕੀਤਾ, ਪਿੰਡ ਦੇ ਬੱਚੇ ਹੀ ਅਰਦਾਸ ਕਰਦੇ ਆ। ਆਹ ਹੁਣ ਅਸੀਂ ਲੰਡੇ ਪਿੰਡ ਸਮਾਗਮ ਮੋਗੇ ਜ਼ਿਲ੍ਹੇ ਵਿੱਚ ਕਰਕੇ ਆਏ ਹਾਂ, ਉੱਥੇ ਬੱਚੀਆਂ ਹੀ ਅਰਦਾਸ ਕਰਦੀਆਂ। ਮਤਲਬ ਤੁਸੀਂ ਵੇਖੋ ਵੀ 5-5, 10-10 ਹਜ਼ਾਰ ਦਾ ਸੰਗਤ ਦਾ ਇਕੱਠ ਹੋਵੇ, ਜਦੋਂ ਇੱਕ ਧੀ ਅਰਦਾਸ ਕਰੂਗੀ, ਧੀ ਮੁੱਖ ਵੱਖ ਲਊਗੀ, ਕਿੰਨਾ ਲੋਕਾਂ ਨੂੰ ਉਤਸ਼ਾਹ ਹੁੰਦਾ। ਕੱਲ੍ਹ ਨੂੰ ਜਦੋਂ ਬੱਚਿਆਂ ਦੇ ਵਿਆਹ ਹੋਣਗੇ, ਉਹ ਘਰੋਂ ਖਜ਼ਾਨਾ ਲੈ ਕੇ ਜਾਣਗੇ ਵੀ ਅਸੀਂ ਗੁਰਬਾਣੀ ਆਪ ਪੜ੍ਹਨੀ ਆ। ਹੁਣ ਇਸ ਹਿਸਾਬ ਨਾਲ ਫਿਰ ਅਸੀਂ ਜਿਹੜੇ ਗ੍ਰੰਥ ਇਸ ਹਿਸਾਬ ਨਾਲ ਤੁਸੀਂ ਫਿਰ ਆਪਣੀ ਰੋਜੀ ਰੋਟੀ 'ਚ ਵੀ ਲੱਤ ਮਾਰ ਰਹੇ ਵੀ ਅਸੀਂ ਲੋਕਾਂ ਨੂੰ ਇਹ ਗਿਆਨ ਸਿਖਾ ਰਹੇ ਵੀ ਤੁਸੀਂ, ਤੁਹਾਨੂੰ ਕਿਸੇ ਦੀ ਬੁਲਾਉਣ ਦੀ ਜ਼ਰੂਰਤ ਨਹੀਂ। ਪਰ ਗੁਰੂ ਸਾਹਿਬ ਨੇ ਇਹੋ ਕੰਮ ਹੀ ਸ਼ੁਰੂ ਕੀਤਾ ਸੀ। ਗੁਰੂ ਸਾਹਿਬ ਕਹਿੰਦਾ ਹਰ ਸਿੱਖ ਅਰਦਾਸ ਕਰੇ, ਹਰ ਸਿੱਖ ਬਾਣੀ ਆਪ ਪੜ੍ਹੇ, ਤੁਹਾਨੂੰ ਕਿਸੇ ਦਾ ਮੁਹਤਾਜ ਨਹੀਂ ਹੋਣਾ ਚਾਹੀਦਾ। ਇਹ ਅਸੀਂ ਗੱਲਾਂ ਰੋਜ਼ ਸਟੇਜਾਂ 'ਤੇ ਬੋਲਦੇ ਹਾਂ ਕਿ ਤੁਹਾਨੂੰ ਤਾਂ ਪ੍ਰਚਾਰਕ ਵੀ ਬਾਹਰੋਂ, ਮੈਂ ਕਹਿੰਦਾ ਮੈਂ ਬੇਕਰ ਸਪੀਡ ਦੀ ਗੱਲ ਹੀ ਮੈਂ ਕਰਦਾ, ਮੈਂ ਕਹਿੰਦਾ ਇੱਥੇ ਹੀ ਅਗਲੇ ਸਾਲ ਤੁਸੀਂ ਕੋਈ ਇੱਥੋਂ ਪ੍ਰਚਾਰਕ ਕਵੇ ਉੱਠ ਕੇ ਵੀ ਮੈਂ ਆਪ ਗੁਰਬਾਣੀ ਦੀ ਵਿਚਾਰ ਕਰਨੀ। ਹਾਂਜੀ ਜੇ ਅਸੀਂ ਬਾਕੀ ਸਾਰੇ ਕੰਮ ਸਿੱਖ ਸਕਦੇ ਹਾਂ। ਹਾਂਜੀ ਹੁਣ ਇੱਕ ਬੀਬੀ ਘਰ 'ਚ ਪ੍ਰਸ਼ਾਦਾ ਪਾਣੀ ਬਣਾਉਂਦੀ ਆ, ਬੰਦਾ ਵੀ ਬਣਾ ਲੈਂਦਾ ਚਾਹ ਪਾਣੀ, ਪ੍ਰਸ਼ਾਦਾ ਪਾਣੀ, ਉਹ ਇੱਥੇ ਨਹੀਂ ਕਹਿੰਦੇ ਵੀ ਇਹਦਾ ਕੰਮ ਮੈਂ ਕੋ ਕਰ। ਹਰ ਬੰਦੇ ਨੂੰ ਹਰ ਕੰਮ ਆਪਣੀ ਜ਼ਿੰਦਗੀ 'ਚ ਕਰਨਾ ਚਾਹੀਦਾ। ਅਤੇ ਅਸੀਂ ਇਹੋ ਗੱਲਾਂ ਹੁਣ ਪੰਜਾਬ ਦੇ ਜਦੋਂ ਕੈਂਪ ਲੱਗਦੇ ਆ ਅਤੇ ਉੱਥੇ ਬੱਚੇ ਸਾਨੂੰ ਦੱਸਦੇ ਜੇ ਅਸੀਂ ਜੇ ਸਹਿਜ ਪਾਠ ਸ਼ੁਰੂ ਕਰਤਾ, ਹੁਣ ਸਾਡਾ ਦੂਜਾ ਸਹਿਜ ਪਾਠ ਸ਼ੁਰੂ ਹੋ ਗਿਆ ਵਾ। ਤਾਂ ਇਹ ਜਦੋਂ ਅਸੀਂ ਆਪ ਗੁਰਬਾਣੀ ਪੜ੍ਹਾਂਗੇ, ਪਖੰਡਵਾਦ ਤੋਂ ਅਸੀਂ ਬਾਹਰ ਨਿਕਲਾਂਗੇ ਅਤੇ ਜੀਵਨ ਬੜਾ ਸੌਖਾ ਹੋ ਜਾਊਗਾ, ਅਸੀਂ ਕਿਸੇ ਦੇ ਮੁਹਤਾਜ ਨਹੀਂ ਹੋਵਾਂਗੇ। ਸਹੀ ਗੱਲ ਹੈ। ਹਾਂਜੀ ਜਿਸ ਤਰ੍ਹਾਂ ਸਿਆਣੇ ਕਹਿੰਦੇ ਨਾ, ਜੇ ਪਾਣੀ ਉੱਬਲਦਾ ਹੋਵੇ, ਹਾਂਜੀ, ਅਤੇ ਉੱਬਲਦੇ ਪਾਣੀ ਦੇ ਵਿੱਚ ਤੁਸੀਂ ਆਪਣਾ ਪਰਛਾਵਾਂ ਨਹੀਂ ਦੇਖ ਸਕਦੇ। ਹਾਂਜੀ ਹਾਂਜੀ ਜੇ ਉਹ ਪਾਣੀ ਸ਼ਾਂਤ ਹੋ ਜਾਵੇ, ਹਾਂਜੀ, ਤੁਸੀਂ ਆਪਣਾ ਪਰਛਾਵਾਂ ਦੇਖ ਸਕਦੇ। ਇਹਦਾ ਕਹਿਣ ਦਾ ਮਤਲਬ ਇਹੀ ਆ ਵੀ ਜੇ ਕਿਸੇ ਨੂੰ ਕਿਸੇ ਗੱਲ ਦਾ ਨਹੀਂ ਪਤਾ ਜਾਂ ਉਹ ਗਲਤ ਰਾਹ 'ਤੇ ਜਾ ਰਿਹਾ ਵਾ, ਬਿਲਕੁਲ, ਬਜਾਏ ਕਿ ਗੁੱਸੇ ਹੋਣ ਦੇ, ਬਜਾਏ ਕਿ ਬਹਿਸ ਕਰਨ ਦੇ, ਹਾਂਜੀ, ਉਹ ਵਿਚਾਰ ਵਟਾਂਦਰਾ ਕਰ ਸਕਦਾ। ਹਾਂਜੀ ਜਿਹਦੇ ਵਿਚਾਰ ਵਟਾਂਦਰਾ ਕਰਨ ਦੇ ਬਾਵਜੂਦ ਸੁਧਰ ਜੇ, ਹਾਂਜੀ, ਅਤੇ ਉਹਦੀ ਜ਼ਿੰਦਗੀ 'ਚ ਪਰਿਵਰਤਨ ਆ ਸਕਦਾ। ਆ ਸਕਦਾ, ਬਿਲਕੁਲ। ਮੇਰਾ ਕੁਐਸਚਨ ਇਹ ਆ ਵੀ ਤੁਹਾਨੂੰ ਕੋਈ ਇਹੋ ਜਿਹੇ ਬੰਦੇ ਮਿਲੇ ਆ ਜਿਹੜੇ ਬੰਦੇ ਪਹਿਲਾਂ ਇੱਦਾਂ ਬਾਬਿਆਂ ਦੇ ਮਗਰ ਲੱਗੇ ਸੀ ਜਾਂ ਬਾਬਾ ਪੁਣਾ ਕਰਦੇ ਸੀ, ਹਾਂਜੀ, ਅਤੇ ਬਾਅਦ ਵਿੱਚ ਸੁਧਰ ਗਏ ਅਤੇ ਕਹਿੰਦੇ ਭਾਈ ਸਾਹਿਬ ਨੇ ਜ਼ਿੰਦਗੀ ਚੇਂਜ ਕਰ ਦਿੱਤੀ? ਬਹੁਤ ਮਿਲਦੇ ਆ ਜੀ। ਆਹ ਅਸੀਂ ਗੁਮਟੀ ਕਲਾ ਸਮਾਗਮ ਸੀ ਸਾਡਾ, ਮੇਰੇ ਖਿਆਲ 'ਚ ਆ 1 ਮਹੀਨਾ ਕੁ ਪਹਿਲਾਂ ਦੀ ਗੱਲ ਆ। ਹਾਂਜੀ ਅਸੀਂ ਜਦੋਂ ਦੀਵਾਨ ਲਾ ਕੇ ਉੱਥੋਂ ਬਾਹਰ ਨਿਕਲ ਰਹੇ ਸੀ ਅਤੇ ਇੱਕ ਵੀਰ ਆਇਆ, ਉਹਨੇ ਫਤਿਹ ਬੁਲਾਈ ਅਤੇ ਮੈਨੂੰ ਕਹਿੰਦਾ ਜੀ ਮੈਂ ਬੇਸਿਕ ਤੌਰ 'ਤੇ ਸਾਡੇ ਦਾਦੇ ਪੜਦਾਦੇ
ਕਹਿੰਦੇ ਮੇਰੇ ਦਾਦੇ ਪੜਦਾਦੇ ਨਾਮ ਧਾਰੀਏ ਸੰਪਰਦਾ ਨਾਲ ਜੁੜੇ ਹੋਏ ਆ ਪਰ ਮੈਂ ਹੁਣ ਗੁਰਬਾਣੀ ਦਾ ਸਹਿਜ ਪਾਠ ਕਰਨ ਲੱਗ ਪਿਆ ਮੈਂ ਤੁਹਾਡੇ ਹੁਣ ਦੀਵਾਨ ਸੁਣਨ ਆਇਆ ਮੈਂ ਹੌਲੀ ਹੌਲੀ ਸੁਣਦਾ ਵੀ ਹਾਂ ਅਤੇ ਬਾਣੀ ਦਾ ਸਹਿਜ ਪਾਠ ਵੀ ਕਰਨ ਲੱਗ ਪਿਆ ਸ਼ਾਇਦ ਇਹ ਇੰਟਰਵਿਊ ਵੀਰ ਵੀ ਸੁਣੇ ਕਿ ਉਤਸ਼ਾਹ ਮਿਲਦਾ ਵਾ ਵੀ ਜਦੋਂ ਇਹੋ ਜਿਹੇ ਵੀਰ ਸਾਨੂੰ ਆਣ ਕੇ ਮਿਲਦੇ ਆ ਅੰਦਰ ਇੱਕ ਚਾਅ ਪੈਦਾ ਹੁੰਦਾ ਹੁਣ ਨੀਲ ਧਾਰੀਏ ਸੰਪਰਦਾ ਪਿੱਛੇ ਜੇ ਸਾਡੇ ਸਮਾਗਮ ਸੀ ਜੰਡਿਆਲੇ ਦੇ ਏਰੀਏ ਦੇ ਵਿੱਚ ਅਤੇ ਉੱਥੇ ਉਹ ਵੀਰ ਆਏ ਕਹਿੰਦੇ ਅਸੀਂ ਸਮਾਗਮ ਦੇ ਵਿੱਚ ਆਏ ਹਾਂ ਹੁਣ ਸਾਨੂੰ ਪਤਾ ਲੱਗ ਗਿਆ ਬਾਣੀ ਦਾ ਬਹੁਤ ਐਸੇ ਪਰਿਵਾਰ ਆ ਜੀ ਜਿਹੜੇ ਪਹਿਲਾਂ ਡੇਰਿਆਂ ਜਾਂਦੇ ਸੀ ਪਖੰਡਵਾਦ ਕਰਦੇ ਸੀ ਉਹ ਆਹ ਬਾਣੀ ਪਾਉਣ ਲੱਗ ਪਏ ਸਮਝ ਆਉਣ ਲੱਗ ਪਈ ਆਪਣੇ ਮੂੰਹ ਦੱਸਦੇ ਕਹਿੰਦੇ ਅਸੀਂ ਤਾਂ ਆਪਣੀ ਜ਼ਿੰਦਗੀ ਲਾ ਤੀ ਜੀ ਦਾਦਿਆਂ ਪੜਦਾਦਿਆਂ ਤੋਂ ਅਸੀਂ ਤਾਂ ਸਾਡੇ ਘਰਾਂ 'ਚ ਬਾਬਿਆਂ ਦੀਆਂ ਫੋਟੋਆਂ ਹੁੰਦੀਆਂ ਸੀ ਅਸੀਂ ਹੁਣ ਸਹਿਜ ਪਾਠ ਕਰਨ ਲੱਗ ਪਏ ਮਤਲਬ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਉੱਧਰੋਂ ਟੁੱਟ ਕੇ ਅਤੇ ਇੱਧਰ ਆਣ ਕੇ ਸਾਡੇ ਨਾਲ ਜੁੜ ਜਾਓ ਅਸੀਂ ਕਹਿੰਦੇ ਤੁਹਾਨੂੰ ਕਿਸੇ ਨਾਲ ਜੁੜਨ ਦੀ ਲੋੜ ਨਹੀਂ ਤੁਸੀਂ ਡਾਇਰੈਕਟ ਗੁਰੂ ਦੀ ਬਾਣੀ ਆਪ ਪੜੋ ਗੁਰੂ ਦੇ ਸ਼ਬਦ ਨਾਲ ਜੁੜੋ ਤੁਹਾਨੂੰ ਕਿਸੇ ਦੇ ਕੋਲੋਂ ਡਰਨ ਦੀ ਲੋੜ ਨਹੀਂ ਈਵਨ ਇੱਥੋਂ ਤੱਕ ਜਿਹੜੀਆਂ ਧੀਆਂ ਜਿਹਨਾਂ ਘਰਾਂ ਦੇ ਵਿੱਚ ਕੇਵਲ ਬੇਟੀਆਂ ਵਾ ਉਹਨਾਂ ਪਰਿਵਾਰਾਂ ਨੂੰ ਉਹਨਾਂ ਧੀਆਂ ਨੂੰ ਕਿੰਨਾ ਮਾਨਸਿਕ ਤੌਰ 'ਤੇ ਟੋਰਚਰ ਕੀਤਾ ਜਾਂਦਾ ਨਾ ਕਦੀ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੋ ਜਿਹਨਾਂ ਧੀਆਂ ਨੂੰ ਜਲੀਲ ਵਿਦੇਸ਼ਾਂ ਵਿਦੇਸ਼ਾਂ ਵਿੱਚ ਜਲੀਲ ਕੀਤਾ ਜਾਂਦਾ ਕਿ ਤੇਰੇ ਘਰ ਬੇਟਾ ਕਿਉਂ ਨਹੀਂ ਹੈਗਾ ਇੰਨੀ ਸੰਪਤੀ ਦਾ ਕੀ ਕਰਾਂਗੇ ਇੰਨੀ ਜਾਇਦਾਦ ਦਾ ਕੀ ਕਰਾਂਗੇ ਜਦੋਂ ਉਹਨਾਂ ਧੀਆਂ ਨੂੰ ਗੁਰਬਾਣੀ 'ਚੋਂ ਦਲੀਲ ਦੇ ਕੇ ਸਮਝਾਈਦਾ ਵੀ ਇਕੱਲੀ ਪੁੱਤ ਦੀ ਗੱਲ ਨਹੀਂ ਹੈਗੀ ਔਲਾਦ ਨਾ ਵੀ ਹੋਵੇ ਔਰਤ ਫਿਰ ਵੀ ਮੁਕੰਮਲ ਵਾ ਔਰਤ ਫਿਰ ਵੀ ਸੰਪੂਰਨ ਕਦੀ ਕਿਸੇ ਨੇ ਮਰਦ ਨੂੰ ਕਿਹਾ